ਸ਼ੁਰਲੀ ਨਾ ਹੁਣ 2016 ਤੋਂ ਲੈ ਕੇ 2020 ਤੱਕ ਨਾ ਬੰਬ ਬਣ ਚੁੱਕੀ ਹੈ, ਅਤੇ ਅੱਜ ਮੈਂ ਗੱਲ ਕਰ ਰਹੀ ਹਾਂ ਇੱਕ ਅਜਿਹੇ ਫਨਕਾਰ ਦੀ, ਅਜਿਹੇ ਸਿੰਗਰ ਦੀ, ਅਜਿਹੇ ਕਲਾਕਾਰ ਦੀ, ਜਿਨ੍ਹਾਂ ਦੀ ਆਵਾਜ਼ ਬਹੁਤ ਵਧੀਆ ਨੇ। ਇਹ ਭਾਵੇਂ ਨਾ ਉਮਰ ਦੇ ਵਿੱਚ ਹਲਕੇ ਨੇ, ਪਰ ਇਹਨਾਂ ਦੀਆਂ ਗੱਲਾਂ, ਇਹਨਾਂ ਦੇ ਗਾਣੇ ਬਹੁਤ ਹੀ ਵਜ਼ਨਦਾਰ ਹੁੰਦੇ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡੀ ਆਪਣੀ ਨੇਹਾ ਰਾਜਪੂਤ, ਤੁਸੀਂ ਦੇਖ ਰਹੇ T3 ਜਾਨੀ ਕਿ ਟੇਪ ਦਾ ਟੋਕ, ਅਤੇ ਅੱਜ ਟੇਪ ਦਾ ਟੋਕ ਦੇ ਵਿੱਚ ਅਸੀਂ ਟੋਕ ਕਰਾਂਗੇ ਅਜੀਤ ਸਿੰਘ ਹੋਰਾਂ ਦੇ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਹਾਲ ਹੈ? ਵਧੀਆ ਜੀ, ਵਧੀਆ ਵਧੀਆ ਜੀ। ਹਾਂਜੀ ਹਾਂਜੀ। ਅਤੇ ਤੁਹਾਡੀ ਏਜ ਕਿੰਨੀ ਆ ਵੈਸੇ? ਹਾਂਜੀ, ਮੇਰੀ ਏਜ ਹੈਗੀ ਜੀ 15। 10th ਕਲਾਸ 'ਚ ਪੜ੍ਹਦੇ ਹੋ ਨਾ ਤੁਸੀਂ, ਅਤੇ ਸਟੱਡੀ ਵੀ ਕਰਦੇ ਹੋ ਨਾ? ਹਾਂਜੀ। ਕਿੰਨੀ ਔਖੀ ਹੁੰਦੀ ਆ? ਨਹੀਂ, ਚੱਲੀ ਜਾਂਦੀ ਹੈ ਜੀ ਬਾਬੇ ਦੀ ਮਿਹਰ ਨਾਲ। ਬਾਬੇ ਦੀ ਮਿਹਰ ਨਾਲ ਚੱਲੀ ਜਾਂਦੀ ਆ? ਅਤੇ ਤੁਹਾਡੇ ਨਾ ਗਾਣੇ ਵੈਸੇ ਬਹੁਤ ਵਧੀਆ ਹੁੰਦੇ ਆ। ਕੱਲ੍ਹ ਮੈਂ ਤੁਹਾਡੇ 'ਤੇ ਰਿਸਰਚ ਕਰ ਰਹੀ ਸੀਗੀ, ਅਤੇ ਤੁਹਾਡੀਆਂ ਗੱਲਾਂ ਮੈਂ ਬਹੁਤ ਕਹਿੰਦੇ ਨਾ, ਕਹਿੰਦੇ ਆ ਵੀ ਇੰਪ੍ਰੈਸ ਹੋਈ ਤੁਹਾਡੀ ਗੱਲਾਂ ਨਾਲ। ਮਤਲਬ ਕਿ 10th ਕਲਾਸ ਦੇ ਵਿੱਚ ਤਾਂ ਮੈਂ ਕਦੀ ਸੋਚਿਆ ਵੀ ਨਹੀਂ ਸੀ ਕਿ ਮੈਂ ਕੁਛ ਕਰਨਾ ਆ, ਹੈ ਨਾ? ਅਤੇ ਤੁਸੀਂ ਇੰਨੀਆਂ ਵਧੀਆ ਵਧੀਆ ਗੱਲਾਂ ਕਿੱਥੋਂ ਸਿੱਖੀਆਂ? ਬਸ ਆ ਹੀ ਜਾਂਦੀਆਂ ਨੇ ਜੀ ਬਾਬੇ ਦੀ ਮਿਹਰ। ਅਤੇ ਤੁਸੀਂ ਸਟੱਡੀ ਵੀ ਕਰਦੇ ਹੋ, ਹੈ ਨਾ? ਹਾਂਜੀ ਹਾਂਜੀ। ਅਤੇ ਸਟੱਡੀ ਦੇ ਨਾਲ ਸਿੰਗਿੰਗ ਨੂੰ ਉਹ ਕਿੱਦਾਂ ਮੈਨੇਜ ਹੁੰਦਾ ਸਭ ਕੁਛ? ਹੋ ਜਾਂਦਾ ਜੀ, ਬਸ ਕਰ ਲਈਦਾ। ਸਟੱਡੀ 'ਚ ਥੋੜ੍ਹਾ ਜਿਹਾ ਹੈਗਾ, ਅਸੀਂ ਮੈਥਸ 'ਚ ਮੈਂ ਹੈਗਾ, ਮੈਂ ਕਿਉਂ ਲਗਾਉਣਾ ਸਾਰਿਆਂ ਤੋਂ? ਮੈਥਸ 'ਚ ਮੈਂ ਹੈਗਾ, ਬਾਕੀ ਸਬਜੈਕਟ 'ਚ ਮੈਂ ਠੀਕ ਹਾਂ। ਮੈਥਸ, ਮੈਥ ਤਾਂ ਮੇਰਾ ਵੀ ਹੱਥ ਟਾਈਟ ਸੀਗਾ। ਕੋਈ ਗੱਲ ਨਹੀਂ, ਪਰ ਤੁਹਾਡੇ ਗਾਣਿਆਂ ਵਾਲਾ ਕੰਮ ਨਾ ਬਹੁਤ ਘੈਂਟ ਆ, ਮਤਲਬ ਕਿ ਸਾਰੇ ਨਾ ਬਹੁਤ ਪਸੰਦ ਕਰਦੇ ਹੋ ਤੁਹਾਡੇ ਗਾਣੇ। ਹਾਂਜੀ ਹਾਂਜੀ। ਜਿਹੜੇ ਵੀ ਗਾਣੇ ਹੁਣ ਤੱਕ ਤੁਹਾਡੇ ਆਏ ਸੀ, ਉਹ ਸਾਰੇ ਬੜੇ ਨਾ ਪੰਪ ਅਪ ਕਰਨ ਵਾਲੇ ਹੁੰਦੇ ਆ, ਐਨਰਜੈਟਿਕ ਹੁੰਦੇ ਆ, ਅਤੇ ਮਤਲਬ ਕਿ ਇੱਕ ਨਾ ਮੋਟੀਵੇਸ਼ਨਲ ਸੌਂਗ ਹੁੰਦੇ ਆ, ਬਹੁਤ ਇੰਸਪਾਇਰ ਹੁੰਦੇ ਆ ਲੋਕ ਤੁਹਾਡੇ ਗਾਣੇ ਸੁਣ ਕੇ। ਅਤੇ ਮਤਲਬ ਕਿ ਤੁਹਾਡਾ ਇਹੀ ਜੋਨਰ ਹੈ ਕਿ ਤੁਸੀਂ ਹੋਰ ਵੀ ਜਿੱਦਾਂ ਦੇ ਅੱਜ ਕੱਲ੍ਹ ਗਾਣੇ ਚੱਲ ਰਹੇ ਆ, ਪੂਰੇ ਖੜਕੇ ਦੜਕੇ ਵਾਲੇ, ਇੱਦਾਂ ਦੇ ਗਾਣੇ ਕਰਨੇ ਪਸੰਦ ਹੈਗੇ? ਨਹੀਂ, ਹਜੇ ਤਾਂ ਮਤਲਬ ਜਿਸ ਹਿਸਾਬ ਦਾ ਮਾਹੌਲ ਹੈ, ਖੜਕੇ ਤੜਕੇ ਵਾਲੇ ਨਾ ਹੀ ਕਰੋ, ਕਿਉਂਕਿ ਯੂਥ ਆਪਣੇ ਬਹੁਤ ਪਤਾ ਨਹੀਂ ਕਿੱਧਰ ਨੂੰ ਜਾ ਰਿਹਾ ਹੁਣ। ਚਲੋ, ਇਸ ਤਰ੍ਹਾਂ ਮੈਂ ਮਤਲਬ ਸਾਰੇ ਜਣੇ ਪਸੰਦ ਕਰਦੇ ਨੇ ਮੋਟੀਵੇਸ਼ਨਲ, ਜਿਸ ਤਰ੍ਹਾਂ ਦੇ ਮੈਂ ਗਾਣੇ ਕੱਢਦਾ, ਸੋ ਜਿਸ ਹਿਸਾਬ ਦੀ ਡਿਮਾਂਡ ਆਏਗੀ ਉਸ ਹਿਸਾਬ ਦੀ ਕੱਢੀ ਜਾਵਾਂਗੀ। ਹਾਂ, ਮਤਲਬ ਕਿ ਫਿਰ ਆਪਣੀ ਆਡੀਅੰਸ ਦੇ ਅਕੋਰਡਿੰਗ ਆਪਣੇ ਆਪਣਾ ਆਪਣੇ ਆਪ ਨੂੰ ਢਾਲਣਾ ਪੈਂਦਾ ਹੈ। ਵੈਸੇ ਤੁਸੀਂ ਰਿਆਜ਼ ਕਿੰਨਾ ਟਾਈਮ ਰਿਆਜ਼ ਕਰਦੇ ਹੋ? ਹਾਂਜੀ, ਮੈਂ ਤੇ ਮੇਰੀ ਹਫਤੇ 'ਚ 2 ਕਲਾਸਾਂ ਹੁੰਦੀਆਂ ਨੇ ਜੀ, ਉਸਤਾਦ ਹਰਚਰਨ ਸਿੰਘ ਜੀ ਮੇਰੇ ਉਸਤਾਦ ਜੀ, ਉਹਨਾਂ ਕੋਲੋਂ ਸਿੱਖ ਰਿਹਾ। ਹਫਤੇ 'ਚ 2 ਕਲਾਸਾਂ ਲਾਉਂਦਾ, ਉਹ 'ਚ ਮਤਲਬ 2-2.5 ਘੰਟੇ ਦੀ ਕਲਾਸ ਹੁੰਦੀ ਹੈ, ਉਸ ਤਰ੍ਹਾਂ ਨਹੀਂ ਤਾਂ ਮੈਂ 1-1.5 ਘੰਟਾ ਰਿਆਜ਼ ਕਰਦੀ। ਓਕੇ ਜੀ, ਅਤੇ ਹੁਣ ਆਪਾਂ ਅਜੀਤ, ਮਤਲਬ ਕਿ ਆਪਾਂ ਨਾ ਇੰਟਰਵਿਊ ਦਾ ਨਾ ਸਟੈਪ ਬਾਈ ਸਟੈਪ ਅੱਗੇ ਵਧਾਂਗੇ, ਹੈ ਨਾ? ਅਤੇ ਆਪਣਾ ਪਹਿਲਾ ਰਾਊਂਡ ਆ ਅਫਵਾਹ ਜਾਂ ਹਕੀਕਤ, ਠੀਕ ਹੈ? ਅਤੇ ਮੈਂ ਤੁਹਾਡੇ ਤੋਂ ਕੁਛ ਗੱਲਾਂ ਪੁੱਛੂੰਗੀ, ਤੁਸੀਂ ਮੈਨੂੰ ਦੱਸਣੀ ਹੈ ਸੱਚ ਹੈ ਕਿ ਝੂਠ ਹੈ। ਠੀਕ ਹੈ, ਠੀਕ ਹੈ। ਤੁਸੀਂ ਆਰਮੀ 'ਚ ਜਾਣਾ ਚਾਹੁੰਦੇ ਸੀ? ਹਾਂ, ਹਾਂਜੀ, ਹੈ ਨਾ? ਹਾਂਜੀ। ਅਤੇ ਹੁਣ? ਹੁਣ ਸਿੰਗਰ ਹੈ ਜੀ। ਸਿੰਗਰ ਹੈ, ਸਿੰਗਰ ਵੀ ਬਹੁਤ ਵਧੀਆ, ਹੈ ਨਾ? ਅਤੇ ਮੈਂ ਸੁਣਿਆ ਨਾ ਤੁਸੀਂ ਛੋਟੇ ਹੁੰਦੇ ਇੱਕ ਫਿਲਮ ਬਹੁਤ ਦੇਖਦੇ ਸੀਗੇ। ਹਾਂਜੀ। ਮੈਂ ਬੋਲਾਂਗੀ, ਤੁਸੀਂ ਦੱਸੋਗੇ? ਹਾਂਜੀ। ਕਿਹੜੀ? ਨਹੀਂ, ਤੁਸੀਂ ਦੱਸੋ ਤਾਂ। ਜਿੰਨੇ ਮੇਰਾ ਦਿਲ ਲੁੱਟਿਆ ਫਿਲਮ ਤੁਹਾਨੂੰ ਬਹੁਤ ਪਸੰਦ ਸੀ, ਤੁਸੀਂ ਉਹ ਫਿਲਮ ਬਹੁਤ ਵਾਰੀ ਦੇਖੀ ਹੈ। ਹਾਂ, ਉਹ ਤਾਂ ਬਹੁਤ। ਨਹੀਂ, ਉਸ ਫਿਲਮ 'ਚ ਇੱਦਾਂ ਦੇ ਕੀ ਲੱਗਦਾ ਸੀ, ਕੀ ਵਧੀਆ ਸੀ? ਬਸ ਕੁਛ ਨਹੀਂ, ਅਤੇ ਜਿਹੜਾ ਐਕਸ਼ਨ ਨਹੀਂ ਹੁੰਦਾ ਸੀ ਦਲਜੀਤ ਦਲਜੀਤ ਵੀਰੇ ਦਾ ਅਤੇ ਗਿੱਪੀ ਵੀਰੇ ਦਾ, ਜਿਹੜਾ ਆਪਸ 'ਚ ਲੜਦੇ ਸੀ, ਮੇਨ ਮੈਂ ਉਹੀ ਚੀਜ਼ ਆ ਤਾਂ ਦੇਖ ਲਿਆ, ਲੜਦੇ ਉੱਡ ਉੱਡ ਕੇ ਮਾਰਦੇ ਸੀ ਇੱਕ ਦੂਸਰੇ, ਉਹ ਦੇਖ ਲਿਆ। ਓਕੇ ਜੀ, ਅਤੇ ਅਜੀਤ ਨੂੰ ਕੁੜੀਆਂ ਦੇ ਬੜੇ ਪ੍ਰਪੋਜ਼ ਆਉਂਦੇ ਆ। ਨਹੀਂ ਨਹੀਂ, ਐਸੀ ਗੱਲ ਨਹੀਂ। ਐਸੀ ਗੱਲ ਨਹੀਂ ਹੈ ਸੱਚੀ? ਨਹੀਂ। ਇਹਦਾ ਦੀਆਂ ਅਫਵਾਹਾਂ ਕੌਣ ਫੈਲਾ ਰਿਹਾ? ਕੌਣ ਫੈਲਾ ਰਿਹਾ ਉਹਨੂੰ ਪੁੱਛ ਲਓ, ਪੁੱਛਿਆ ਜਾਵੇ ਉਹਦੇ ਤੋਂ, ਇਹਦਾ ਦੀਆਂ ਅਫਵਾਹਾਂ ਕੌਣ ਫੈਲਾ ਰਿਹਾ? ਤੁਹਾਨੂੰ ਸ਼ੱਕ ਹੈਗਾ ਕਿਸੇ ਤੇ? ਨਹੀਂ, ਮੈਨੂੰ ਦੇਖ ਲਓ ਜੇ ਹੈਗਾ ਤਾਂ ਕਿਆ ਯਾਰ ਕੀ ਹੈ ਮੇਰੇ ਯਾਰਾਂ ਨਹੀਂ ਹੈ। ਕੋਈ ਗੱਲ ਨਹੀਂ, ਇਹਨਾਂ ਦੇ ਜਿਹੜੇ ਯਾਰ ਹੈ ਨਾ, ਜਿਹੜੇ ਇਹਨਾਂ ਦੇ ਪੱਕੇ ਯਾਰ, ਉਹਨਾਂ ਤੋਂ ਪੁੱਛਤਾਛ ਕੀਤੀ ਜਾਊਗੀ ਵੀ ਇੱਦਾਂ ਦੀਆਂ ਅਫਵਾਹਾਂ ਨਾ ਫੈਲਾਓ। ਅਤੇ ਵੈਸੇ ਤੁਹਾਨੂੰ ਜੇ ਪਰਸਨਲੀ ਪੁੱਛ ਹੈਗਾ ਕੋਈ ਪਸੰਦ? ਨਹੀਂ ਹੈਗਾ ਕ੍ਰਸ਼ ਕਿਹਦੇ? ਨਹੀਂ ਨਹੀਂ। ਫੇਵਰੇਟ ਮੈਡਮ ਕਿਹੜੀ ਹੁੰਦੀ ਸੀ ਤੁਹਾਡੇ ਸਕੂਲ 'ਚ? ਫੇਵਰੇਟ ਤਾਂ ਨਹੀਂ, ਮਤਲਬ ਜਰਨਾ ਸਭ ਤੋਂ ਜ਼ਿਆਦਾ ਮਤਲਬ ਹੁੰਦਾ ਸੀ, ਮਤਲਬ ਜਿਹੜਾ ਹਰ ਇੱਕ ਟਾਈਮ 'ਤੇ ਸਾਰ ਔਖੇ ਵੇਲੇ ਸਾਥ ਦਿੰਦੇ, ਪੰਜਾਬੀ ਵਾਲੀ ਮੈਡਮ ਸਾਰਿਆਂ ਨੂੰ ਪਸੰਦ ਹੁੰਦੀ ਹੈ, ਮੇਰੀ ਵੀ ਪੰਜਾਬੀ ਵਾਲੀ ਮੈਡਮ ਬਹੁਤ ਫੇਵਰੇਟ ਸੀ। ਹਾਂਜੀ, ਕਿਉਂਕਿ ਪੰਜਾਬੀ ਸੌਖੀ ਹੁੰਦੀ ਨਾ, ਉਹਦੇ ਵਿੱਚ ਗਾਲਾਂ ਗੁਲਾਂ ਦਾ ਜ਼ਿਆਦਾ ਡਰ ਨਹੀਂ ਹੁੰਦਾ। ਹਾਂਜੀ। ਅਤੇ ਤੁਹਾਨੂੰ ਐਕਟਿੰਗ ਦਾ ਬਹੁਤ ਸ਼ੌਂਕ ਆ? ਹਾਂਜੀ। ਤੁਸੀਂ ਮੂਵੀ ਕਰਨਾ ਚਾਹੁੰਦੇ ਹੋ? ਹਾਂਜੀ। ਸੋਨਮ ਬਾਜਵਾ ਦੇ ਨਾਲ, ਇਹ ਸੱਚ ਹੈ? ਹਾਂਜੀ। ਸੋਨਮ ਬਾਜਵਾ ਕਿਉਂ? ਹਾਂਜੀ, ਸੋਨਮ ਬਾਜਵਾ ਕਿਉਂ? ਮਤਲਬ ਉਹਨਾਂ ਦੀ ਐਕਟਿੰਗ ਸਭ ਤੋਂ ਪਹਿਲਾਂ ਬਹੁਤ ਵਧੀਆ ਲੱਗਦੀ ਹੈ, ਹਰ ਸੀਨੀਅਰ ਆਰਟਿਸਟ ਨੇ, ਅਤੇ ਬਹੁਤ ਵਧੀਆ ਲੱਗੇਗਾ ਜਿਹਨਾਂ ਨੂੰ ਮੈਂ ਆਪਣੀ ਮਤਲਬ ਮੂਵੀ ਕਰਨ। ਓਕੇ ਜੀ, ਵੈਸੇ ਮੈਂ ਨਾ ਦੱਸਦਾ ਵੀ ਅਜੀਤ ਨਾ ਬਹੁਤ ਟੈਲੈਂਟਿਡ ਨੇ, ਹੈ ਨਾ? ਵੀ ਹੋਰਸ ਰਾਈਡਿੰਗ, ਟੈਨਿਸ, ਕਬੱਡੀ, ਜਿਮ ਵੀ ਜਾਂਦੇ ਤੁਸੀਂ? ਹਾਂਜੀ। ਅਤੇ ਮਤਲਬ ਕਿ ਜਿਮ 'ਚ ਫਿਰ ਪੂਰੀ ਤੁਹਾਡੀ ਉਹ ਐਕਸਰਸਾਈਜ਼ ਕਰ ਲਏ? ਹੋਰਸ ਰਾਈਡਿੰਗ ਤੁਸੀਂ ਕਰਦੇ ਹੋ, ਅਤੇ ਮੈਂ ਤੁਹਾਡੇ ਇੱਕ ਚੀਜ਼ ਪੁੱਛੂੰਗੀ, ਮਤਲਬ ਕਿ ਤੁਸੀਂ ਚੰਗੀ ਤਰ੍ਹਾਂ ਰਾਈਡਿੰਗ ਹੋਰਸ ਰਾਈਡਿੰਗ ਕਰਦੇ ਹੋ, ਅਤੇ ਤੁਹਾਨੂੰ ਫਿਰ ਉਹਦੇ ਉਹਨਾਂ ਦੇ ਬਾਰੇ ਥੋੜ੍ਹੀ ਨੌਲੇਜ ਵੀ ਹੋਊਗੀ ਨਾ, ਇੱਦਾਂ ਕਰਕੇ? ਮੈਂ ਰਾਇਲ ਹੋਰਸ ਰਾਈਡਿੰਗ ਸਕੂਲ ਅੰਮ੍ਰਿਤਸਰ ਵਿੱਚੋਂ ਹੋਰਸ ਰਾਈਡਿੰਗ ਸਿੱਖੀ ਹੈ। ਅਤੇ ਹੋਰ ਵੈਸੇ ਇਸ ਤੋਂ ਇਲਾਵਾ ਕਿਹੜੇ ਕਿਹੜੇ ਸ਼ੌਕ ਆ? ਹੋਰ ਸਿੰਗਿੰਗ ਦਾ, ਸਿੰਗ ਗਾਣਾ ਵਜਾਉਣਾ ਤਾਂ ਤੁਹਾਨੂੰ ਆਉਂਦਾ?
ਵੀ ਮੁੰਡਾ ਨੇ ਛੋਟਾ ਕਹਿੰਦੇ ਆਲ ਗੁੱਡ ਥਿੰਗ ਕਮ ਇਨ ਸਮਾਲ ਪੈਕੇਜਸ, ਇਹ ਕਹਾਵਤ ਨਾ ਸੱਚੀ ਹੋਈ ਬਹੁਤ ਮਤਿਕ ਸੂਟ ਕਰਦੀ ਹੈ ਨਾ ਤੇ ਹਾਂ ਤੇ ਮੇਰੇ ਤੇ ਵੀ ਹੈ ਨਾ, ਵੈਸੇ ਆਲ ਗੁੱਡ ਥਿੰਗ ਕਮ ਇਨ ਸਮਾਲ ਪੈਕੇਜਸ, ਹਾਂਜੀ ਸਹੀ ਹੈ ਨਾ, ਹਾਂਜੀ ਹਾਂਜੀ। ਪੈਂਟ ਜਾਂ ਟਰਾਊਜ਼ਰ ਕਹਿ ਦਿੰਦੇ ਆ, ਕੋਟ ਹੁੰਦਾ ਜਾਂ ਵਿੰਟਰ ਚ ਜਿਹੜਾ ਕਰਦੇ ਆ ਅਸੀਂ। ਤੇ ਇੱਕ ਨਾ ਤੁਸੀਂ ਹੋਰ ਮਤਲਬ ਕਿ ਤੁਸੀਂ ਆਪਣੇ ਮਤਲਬ ਕਿ ਮੈਂ ਸੁਣਿਆ ਸੀ ਕਿਤੋਂ ਕਿ ਤੁਸੀਂ ਆਪਣੇ ਪਾਪਾ ਨੂੰ ਕਹਿੰਦੇ ਆਪਾਂ ਨਾ ਵੀ ਇੱਕ ਆਦਮੀ ਆਪਾਂ ਘੋੜੀ ਲਿਆਉਂਦੇ ਹਾਂ, ਘੋੜੀ ਸਸਤੀ ਮਿਲ ਰਹੀ ਹੈ, ਗੱਲ ਸੱਚੀ ਹੈ? ਹਾਂ ਮਤਲਬ ਮੈਨੂੰ ਘੋੜੀਆਂ ਦਾ ਸ਼ੌਂਕ ਹੈ ਜੀ, ਘੋੜੀਆਂ ਰੱਖਣ ਦਾ ਸ਼ੌਂਕ ਆ। ਤੇ ਉਹ ਕਹਿੰਦੇ ਉਹਨੂੰ ਉਹਨਾਂ ਦੀ ਦੇਖਭਾਲ ਕਰਦੇ ਹਾਂ ਆਪਾਂ, ਤੇ ਉਹ ਹੁੰਦੇ ਨੇ ਵੀ ਘੋੜੀ ਨੂੰ ਸਾਫ਼ ਸੁਥਰਾ ਰੱਖੀਦਾ, ਉਹਦੇ 'ਤੇ ਜਿਹੜਾ ਉਹਨੂੰ ਆਪਾਂ ਬ੍ਰਸ਼ ਜਿਹਾ ਮਾਰਦੇ ਉਹਨੂੰ ਕੀ ਕਹਿੰਦੇ ਆਪਣਾ ਪੰਜਾਬੀ 'ਚ? ਉਹਨੂੰ ਤਾਂ ਬ੍ਰਸ਼ ਹੀ ਕਹਿੰਦੇ ਨਹੀਂ, ਪੰਜਾਬੀ 'ਚ ਉਹਦੇ ਵਾਸਤੇ ਕੋਈ ਪਰਟੀਕੁਲਰ ਵਰਡ ਹੁੰਦਾ ਹੈ? ਚਾਕੂ, ਕਾਚੂ ਨਹੀਂ, ਉੱਚਾ ਉੱਚਾ, ਖਰਖਰਾ ਖਰਖਰਾ, ਉੱਚਾ ਇਹ ਵੀ ਆਈ ਥਿੰਕ ਸੋ ਬ੍ਰਸ਼ ਹੀ ਕਹਿੰਦੇ ਆ ਮੈਂ ਪੰਜਾਬੀ, ਕੂਚਾ ਕੂਚਾ ਮੈਂ ਵੀ ਹੁੰਦਾ ਨਾ ਇੱਕ। ਹਾਂਜੀ, ਤੇ ਇਹ ਗੱਲ ਸੱਚ ਆ, ਇਹ ਹਕੀਕਤ ਹੈ ਕਿ ਤੁਸੀਂ ਆਪਣੀ ਦਸਤਾਰ ਪੱਗ ਆਪ ਬੰਨਦੇ ਹੋ? ਹਾਂਜੀ, ਇਹ ਤੇ 100% ਹਕੀਕਤ ਹੈ ਜੀ, 100% ਹਕੀਕਤ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਪ ਕਰਦੇ ਨੂੰ ਨਾ? ਇਹ ਜੀ ਮਤਲਬ ਛੋਟੇ ਹੁੰਦੇ ਤੋਂ, ਮੈਂ ਜਦੋਂ 3 ਸਾਲ ਦਾ ਸੀ ਉਦੋਂ ਤੋਂ ਮੈਂ ਮਤਲਬ ਗੱਤਕੇ 'ਚ ਬਹੁਤ ਇੰਟਰਸਟ ਸੀ ਮੈਨੂੰ, ਫਿਰ ਮੈਂ ਗੱਤਕਾ ਅਕੈਡਮੀ ਜੁਆਇਨ ਕੀਤੀ ਔਰ ਉਦੋਂ ਇੰਟਰਸਟ ਵੱਧਦਾ ਗਿਆ। ਪਹਿਲਾਂ ਮੈਂ ਦੁਮਾਲਾ ਬੰਨਦਾ ਸੀ, ਮਤਲਬ ਦੁਮਾਲਾ ਪਰਨਾ ਬੰਨਣ ਲੱਗ ਪੈਣਾ, ਹੌਲੀ ਹੌਲੀ ਫਿਰ ਪੱਗ ਵੀ ਬਾਬੇ ਦੀ ਮਿਹਰ ਨਾਲ ਵਧੀਆ ਵਧੀਆ ਲੱਗ ਪਈ। ਅਤੇ 3-4 ਸਾਲ ਦੀ ਉਮਰ ਦੇ ਵਿੱਚ ਹੀ ਤੁਸੀਂ ਗਾਣਾ ਸ਼ੁਰੂ ਕਰਤਾ ਸੀਗਾ, ਇਹ ਸੱਚ? ਹਾਂਜੀ, ਮਤਲਬ ਪ੍ਰੋਫੈਸ਼ਨਲੀ ਦੀ ਗੱਲ ਕਰੀਏ, ਮਤਲਬ ਰੁਝਾਨ ਮੇਰੇ ਛੋਟੇ ਹੁੰਦੇ ਤੋਂ ਸੀ ਕਿ ਹਾਂ ਵੀ ਮੈਂ ਮਤਲਬ ਉਦੋਂ ਸੀ ਛੋਟੇ ਹੁੰਦੇ ਤੇ ਹੁਣ ਤੁਸੀਂ ਕਿੰਨੇ ਕੁ ਵੱਡੇ ਹੋ ਗਏ ਹੋ? ਮਤਲਬ ਹੁਣ ਮੈਂ ਟੀਨੇਜਰ ਹਾਂ। ਟੀਨੇਜਰ ਹਾਂ ਹੁਣ ਯਾਰ। ਹਾਂਜੀ, ਤੇ ਇਹ ਜਦ ਹੁੰਦਾ ਨਾ ਆਪਾਂ ਕਿਸੇ ਵੱਡੇ ਕਲਾਕਾਰ ਤੋਂ ਗੱਲ ਪੁੱਛਦੇ ਹਾਂ ਵੀ ਹਾਂ ਤੁਸੀਂ ਕਦੋਂ ਸੋਚਿਆ ਸੀ ਕਿ ਤੁਸੀਂ ਸਿੰਗਿੰਗ ਕਰਨੀ ਹੈ, ਤੁਸੀਂ ਐਕਟਿੰਗ ਕਰਨੀ ਹੈ ਨਾ, ਸਭ ਕਹਿੰਦੇ ਮੈਂ ਛੋਟੇ ਹੁੰਦੇ ਹੀ ਸੋਚ ਲਿਆ ਸੀ। ਮਤਲਬ ਕਿ ਹਜੇ ਤੁਹਾਡੀ ਗੱਲ ਕਰੀਏ ਤਾਂ ਤੁਹਾਨੂੰ ਆਪਾਂ ਗਿਣ ਸਕਦੇ ਹਾਂ ਨਾ ਵਧੀਆ ਕਲਾਕਾਰਾਂ ਦੇ ਵਿੱਚ, ਤੇ ਤੁਹਾਡੇ ਵਿੱਚ ਤੁਸੀਂ ਕਹਿੰਦੇ ਛੋਟੇ ਹੁੰਦੇ, ਮਤਲਬ ਕਿ ਤੁਸੀਂ ਕਿੰਨੇ ਕੁ ਛੋਟੇ ਹੁੰਦੇ ਇਹ ਚੀਜ਼ ਸੋਚ ਲਈ ਸੀ? ਉਹੀ ਜਦੋਂ ਮਤਲਬ ਮੈਂ ਫਸਟ ਟਾਈਮ ਗਾਇਆ ਸੀ ਕਲਾਸ 'ਚ, ਕਲਾਸ ਤੋਂ ਫਿਰ ਮੈਨੂੰ ਮੈਮ ਨੇ ਐਪਰੀਸ਼ੀਏਟ ਕੀਤਾ, ਫਿਰ ਉਸ ਤੋਂ ਬਾਅਦ ਸਕੂਲ ਦੇ ਜਿੰਨੇ ਫੰਕਸ਼ਨ ਹੋਏ ਫਿਰ ਮੈਮ ਉਹਨਾਂ ਨੇ ਮੇਰੀ ਪ੍ਰੈਕਟਿਸ ਕਰਵਾਈ ਸੀ ਸਕੂਲੇ, ਫਿਰ ਉਸ ਤੋਂ ਬਾਅਦ ਰੁਝਾਨ ਬਣਦਾ ਗਿਆ। ਫਿਰ ਮੇਰਾ ਵੀਰਾ, ਵੱਡਾ ਵੀਰਾ ਕਿੰਗ ਸਿੰਘ, ਉਹਨਾਂ ਨੇ ਮੈਨੂੰ ਫਸਟ ਟਾਈਮ ਆਡੀਸ਼ਨ ਕਰਵਾਏ ਸੀ ਵੋਇਸ ਆਫ ਪੰਜਾਬ ਸੀਜ਼ਨ 2 'ਚ, ਉਸ 'ਚੋਂ ਮੈਂ ਆਡੀਸ਼ਨ ਵੀ ਪਾਸ ਕਰ ਗਿਆ ਸੀ ਅਤੇ ਸੈਮੀ ਫਾਈਨਲ 'ਚ, ਸੈਮੀ ਆਡੀਸ਼ਨ 'ਚ ਜਿਹਨਾਂ ਆਪਾਂ ਕਹਿੰਦੇ ਹਾਂ, ਉਸ 'ਚ ਮੈਂ ਐਲੀਮੀਨੇਟ ਹੋ ਗਈ ਸੀ। ਐਲੀਮੀਨੇਟ ਹੋ ਗਈ, ਚਲੋ ਕੋਈ ਗੱਲ ਨਹੀਂ, ਫਿਰ ਵੀ ਤੁਹਾਡੇ ਜਿਹੜੇ ਸੌਂਗਸ ਆ, ਜਿਹੜਾ ਤੁਹਾਡਾ ਕੰਮ ਹੈ, ਆਡੀਅੰਸ ਉਹਨੂੰ ਬਹੁਤ ਪਸੰਦ ਕਰਦੀ ਹੈ। ਥੈਂਕ ਯੂ ਤੁਹਾਡਾ। ਅਤੇ ਹੁਣ ਆਪਾਂ ਨੇ ਆਪਣੀ ਸੈਕਿੰਡ ਰਾਊਂਡ ਵੱਲ ਵੱਧਦੇ ਹਾਂ, ਠੀਕ ਹੈ ਨਾ? ਇਹ ਹੈਗਾ ਐਕਸਪ੍ਰੈਸ਼ਨ ਰਾਊਂਡ, ਹੈ ਨਾ? ਤੁਸੀਂ ਵਟਸਐਪ 'ਤੇ ਚਲਾਉਂਦੇ ਹੋਵੋਗੇ, ਹੈ ਨਾ? ਅਤੇ ਆਹ ਨਾ ਕੁਛ ਇਮੋਜਿਸ ਪਈਆਂ ਤੁਹਾਡੇ ਅੱਗੇ, ਸਮਾਈਲਸ ਐਕਸਪ੍ਰੈਸ਼ਨ, ਇਹਨੂੰ ਲਓ ਆਪਣੇ ਹੱਥ ਵਿੱਚ ਚੱਕੋ, ਠੀਕ ਹੈ? ਅਤੇ ਮੈਂ ਤੁਹਾਨੂੰ ਨਾ ਕੁਛ ਸਿੰਗਰਸ ਦੇ ਨਾਮ ਦਊਂਗੀ, ਹੈ ਨਾ? ਅਤੇ ਤੁਸੀਂ ਉਹਨਾਂ ਨੂੰ ਨਾ ਇਹਨਾਂ ਵਿੱਚੋਂ ਕੋਈ ਵੀ ਐਕਸਪ੍ਰੈਸ਼ਨ ਦੇਣਾ, ਉਹਨੂੰ ਪਹਿਲਾਂ ਦੇਖ ਲਓ ਸਾਰੇ, ਹੈ ਨਾ, ਚੰਗੇ ਤਰੀਕੇ ਨਾਲ, ਤੇ ਤੁਸੀਂ ਉਹਨਾਂ ਨੂੰ ਕੋਈ ਇੱਕ ਐਕਸਪ੍ਰੈਸ਼ਨ ਦੇਣਾ ਆ, ਹੈ ਨਾ? ਆਇਆ ਆਇਆ ਆ ਵਖਾ ਦੋ ਮੜੇ ਕੈਮਰੇ ਦੇ ਵਿੱਚ, ਕਿਹੜੀਆਂ ਕਿਹੜੀਆਂ? ਨਹੀਂ, ਇੱਕ ਮੈਂ ਨਾ ਜਿਹੜਾ ਮੇਨ ਆ, ਮੇਨ ਕਿਹੜਾ ਪਸੰਦ ਹੈ? ਮੈਂ ਤਾਂ ਹੀ ਸਾਰੇ ਰੱਖੇ ਨਾ ਵਧੀਆ ਵਧੀਆ, ਇਹ ਜਿਹੜਾ ਸਭ ਤੋਂ ਮਤਲਬ ਇੱਕ ਕਿਸੇ ਨੂੰ ਜੇ ਤਾਂ ਤੁਸੀਂ ਮੇਰਾ ਦਿਲ ਬੁੱਝ ਲਓ ਵੀ ਉਹਨੂੰ ਆ ਦੇਵਾਂਗੇ। ਅੱਛਾ, ਤੁਹਾਡਾ ਦਿਲ ਬੁੱਝ ਲੂੰਗੇ ਤਾਂ ਉਹਨੂੰ ਆ ਦੂੰਗੇ, ਜੇ ਦਿਲ ਨਾ ਬੁੱਝਿਆ ਗਿਆ ਤੁਹਾਡਾ ਫਿਰ? ਫਿਰ ਨਹੀਂ ਰਹਿਣ ਦਾਂਗੇ। ਨਹੀਂ ਫਿਰ ਤਾਂ ਆਪਣੀ ਮਰਜ਼ੀ ਨਾਲ ਦੇ ਦਿਓ ਤੁਸੀਂ, ਠੀਕ ਹੈ? ਠੀਕ। ਤੇ ਮੈਂ ਤੁਹਾਨੂੰ ਸਿੰਗਰਸ ਦੇ ਨਾਮ ਦੱਸੂਗੀ ਤੇ ਤੁਸੀਂ ਉਹਨਾਂ ਨੂੰ ਐਕਸਪ੍ਰੈਸ਼ਨ ਦੇਣਾ, ਠੀਕ ਹੈ? ਹਾਂਜੀ। ਦਿਲਪ੍ਰੀਤ ਢਿੱਲੋਂ, ਦਿਲਪ੍ਰੀਤ ਢਿੱਲੋਂ ਵੀਰਾ, ਹਾਏ ਦਿਲਪ੍ਰੀਤ ਢਿੱਲੋਂ ਜੀ ਨੂੰ ਆ ਦਿਲ ਤੁਹਾਡੇ ਵੱਲੋਂ, ਹੈ ਨਾ? ਦਿਲਪ੍ਰੀਤ ਢਿੱਲੋਂ ਨੂੰ, ਦਿਲਪ੍ਰੀਤ ਢਿੱਲੋਂ, ਦਿਲ ਵੀਰਾ। ਤੇ ਦਿਲ ਕਿਉਂ ਮਤਲਬ ਕਿ? ਬਹੁਤ ਨਾਈਸ ਵੀਰਾ, ਮੈਂ ਮਤਲਬ ਬਹੁਤ ਚਿਰ ਹੋ ਗਿਆ ਵੀਰੇ ਨੂੰ ਮਿਲਿਆ, ਤੇ ਵੀਰੇ ਨਾਲ ਤੁਹਾਡੇ ਫੇਵਰਿਟ ਹੈਗੇ, ਤੁਸੀਂ ਉਹਨਾਂ ਨੂੰ ਸੁਣਨਾ ਬਹੁਤ ਪਸੰਦ ਕਰਦੇ ਹੋ ਨਾ? ਵਧੀਆ ਵੀਰੇ ਦਾ ਹੁਣ ਨਵਾਂ ਗਾਣਾ ਹੈ ਜੀ, ਵਧੀਆ। ਤੇ ਵੀਰੇ ਨਾਲ ਮੈਂ ਪਹਿਲਾਂ ਸ਼ੋਅਜ਼ ਲਾਏ ਸੀ, 2 ਸ਼ੋਅ ਲਾਏ ਨੇ, ਬਹੁਤ ਵਧੀਆ ਨੇਚਰ ਆ ਵੀਰੇ ਦਾ, ਸੋ ਆਈ ਹੋਪ ਅੱਗੇ ਵੀ ਵੀਰੇ ਨੂੰ ਇਸ ਤਰ੍ਹਾਂ ਹੀ ਸਾਡਾ ਪਿਆਰ ਬਣਿਆ ਰਹੇ, ਤੇ ਅਸੀਂ ਵੀ ਉਮੀਦ ਕਰਦੇ ਹਾਂ ਤੁਹਾਡਾ ਪਿਆਰ ਬਣਿਆ ਹੀ ਰਹੇ। ਦਿਲਪ੍ਰੀਤ ਢਿੱਲੋਂ ਨਾਲ ਤੁਹਾਡਾ ਦਿਲ ਵਾਲਾ ਸੰਬੰਧ ਹੈ ਨਾ, ਰਹਿਣਾ ਚਾਹੀਦਾ ਹੈ, ਹੈ ਨਾ? ਤੇ ਅਫਸਾਨਾ ਖਾਨ, ਅਫਸਾਨਾ ਖਾਨ ਉਹ ਵੀ ਦੇ ਸਕਦੇ ਹੋ ਉਹਨੂੰ ਵੀ? ਹਾਂਜੀ, ਵਧੀਆ ਹੈ, ਵਧੀਆ ਜੀ, ਉਹਨਾਂ ਦੀ ਆਵਾਜ਼ ਵਧੀਆ ਲੱਗਦੀ ਤੁਹਾਨੂੰ? ਹਾਂਜੀ ਵਧੀਆ। ਸੋਨਮ ਬਾਜਵਾ, ਸੋਨਮ ਬਾਜਵਾ, ਹਾਏ ਤੁਹਾਡੀ ਨਾਲੇ ਮੈਂ, ਤੁਸੀਂ ਉਹਨਾਂ ਨਾਲ ਫਿਲਮ ਕਰਨਾ ਚਾਹੁੰਦੇ ਹੋ ਮੈਂ ਸੁਣਿਆ ਨਾ? ਹਾਂਜੀ ਹਾਂਜੀ, ਹੈ ਨਾ? ਸੋਨਮ ਬਾਜਵਾ, ਸੋਨਮ ਬਾਜਵਾ ਵੈਸੇ ਸਿੰਗਰ ਨਹੀਂ ਨਾ, ਸਿੰਗਰ ਨਹੀਂ ਮਤਲਬ ਐਕਟਰ, ਸਿੰਗਰ ਐਕਟਰ ਜਿਹੜੇ ਵੀ ਤੁਹਾਨੂੰ ਪਸੰਦ ਹੈ ਨਾ? ਹਾਂਜੀ ਹਾਂਜੀ। ਤੇ ਰਣਜੀਤ ਬਾਵਾ,
ਮਨਜੀਤ ਬਾਬਾ ਜੀ ਤੇ ਮਤਲਬ ਕਿ ਕਿਉਂ ਕਿਉਂਕਿ ਦੇਖੋ ਸਾਫ ਸੁਥਰਾ ਗਾਓ ਜੀ ਮੈਂ ਆਹੀ ਕਹਿਣਾ ਚਲੋ ਮੰਨਿਆ ਅੱਜ ਕੱਲ੍ਹ ਆਟੋ ਟਿਊਨਰ ਦਾ ਜ਼ਮਾਨਾ ਹੈ ਸੋ ਆਟੋ ਟਿਊਨਰ ਲੱਗ ਵੀ ਨਹੀਂ ਵੀਰ ਦੀ ਆਵਾਜ਼ ਸੈੱਟ ਪੈਂਦੀ ਸਾਨੂੰ ਕਿਉਂ ਕੰਨ ਪਾੜਨੇ ਕਿਸੇ ਦੇ ਸਿੱਧੂ ਮੂਸੇ ਵਾਲਾ ਸਿੱਧੂ ਮੂਸੇ ਵਾਲਾ ਸਿੱਧੂ ਮੂਸੇ ਵਾਲਾ ਆਏ ਸਿੱਧੂ ਮੂਸੇ ਵਾਲੇ ਨੇ ਕੈਂਟਾ ਵੀ ਅਗਲੇ ਦੀ ਸਪੋਰਟ ਲੈ ਕੇ ਆਪਣਾ ਮਸ਼ਹੂਰ ਕਰਨਾ ਆਪਣੇ ਦਮ ਤੇ ਹੋਵੇ ਜੀ ਮੈਂ ਕਹਿੰਦਾ ਇਸ ਛੋਟੀ ਜਿਹੀ ਵੈਸੇ ਲਾਈਨ ਦੇ ਵਿੱਚ ਜਿਹੜੀ ਇਹਨਾਂ ਨੇ ਗਾਈ ਹੈ ਨਾ ਬਹੁਤ ਵੱਡਾ ਮੈਸੇਜ ਸੀਗਾ ਅਤੇ ਨਿੰਜਾ ਨਿੰਜਾ ਉਹ ਵੀਰੇ ਨੂੰ ਵੀ ਆ ਸਾਰੇ ਸਾਰੇ ਵਿਖਾ ਦਿਉ ਨਾ ਮਾੜੇ ਜੋ ਦੇਖਦੇ ਨਹੀਂ ਵੇਖੀ ਵੇਖਦਾ ਪਿਆ ਅੱਗੇ ਬਈ ਆ ਸਾਰੇ ਨਿੰਜਾ ਨਿੰਜਾ ਵੀਰ ਜੀ ਨੂੰ ਆ ਵੀ ਨਿੰਜਾ ਵੀਰ ਜੀ ਨੂੰ ਠੀਕ ਹੈ ਇਹ ਵੀ ਇਹ ਸਾਰੇ ਨਿੰਜਾ ਜੀ ਇਹ ਵੀ ਨਿੰਜਾ ਜੀ ਅਤੇ ਬਾਕੀ ਇੱਕ ਤੁਹਾਡਾ ਕੋਈ ਵੀ ਆਪਣਾ ਫੇਵਰੇਟ ਜਿਹਨੂੰ ਤੁਸੀਂ ਆਪਣੀ ਮਰਜ਼ੀ ਨਾਲ ਦੇਣਾ ਚਾਹੁੰਦੇ ਹੋਵੋਗੇ ਆਪਣੀ ਮਰਜ਼ੀ ਨਾਲ ਹਾਂ ਆਪਣੀ ਮਰਜ਼ੀ ਨਾਲ ਆਪਣੀ ਮਰਜ਼ੀ ਨਾਲ ਮੇਰਾ ਫੇਵਰੇਟ ਸਿੰਗਰ ਤੇ ਸਿੰਗਰ ਤੇ ਸਗੋਂ ਮੈਂ ਕਹਿੰਦਾ ਸਾਰੇ ਵਧੀਆ ਨੇ ਸਾਰੇ ਬਹੁਤ ਸੋਹਣੇ ਗਾਉਂਦੇ ਨੇ ਫੇਵਰੇਟ ਹਰ ਇੱਕ ਨੂੰ ਸੁਣ ਲਈਦਾ ਜੀ ਹਾਂ ਤੇ ਜੇ ਦੂਜੇ ਵਾਲਾ ਫੇਵਰੇਟ ਕੋਈ ਦੇਣਾ ਤਾਂ ਫਿਰ ਕਿਹਨੂੰ ਦੇਣਾ ਦੂਜੇ ਵਾਲਾ ਫੇਵਰੇਟ ਮਤਲਬ ਦੋ ਤਰ੍ਹਾਂ ਦੇ ਫੇਵਰੇਟ ਹੁੰਦੇ ਇੱਕ ਉੱਤੋਂ ਫੇਵਰੇਟ ਤੇ ਇੱਕ ਥੱਲੋਂ ਫੇਵਰੇਟ ਹੁੰਦੇ ਨੇ ਹੈ ਨਾ ਇੱਕ ਆਪਾਂ ਨੂੰ ਵੈਸੇ ਪਸੰਦ ਹੁੰਦੇ ਆ ਇੱਕ ਜਿਹੜੇ ਨਾ ਪਸੰਦ ਵਾਲੇ ਫੇਵਰੇਟ ਵੀ ਹੁੰਦੇ ਆ ਨਾ ਕੁਛ ਨਹੀਂ ਕਿਉਂ ਬੁਰਾ ਕਹਿਣਾ ਜੀ ਚਲੋ ਵੈਸੇ ਨਾ ਇਹ ਮੇਰੇ ਵੱਲੋਂ ਤੁਹਾਨੂੰ ਆ ਵਾਲੀ ਕਿਉਂਕਿ ਬਹੁਤ ਨਾ ਛੋਟੇ ਜਿਹੇ ਕਿਊਟ ਜਿਹੇ ਨੇ ਅੱਜ ਮੈਂ ਪਹਿਲੀ ਵਾਰੀ ਮਤਲਬ ਕਿ ਇੰਨੇ ਵੱਡੇ ਅਤੇ ਛੋਟੇ ਜਿਹੇ ਆਰਟਿਸਟ ਮਤਲਬ ਕਿ ਏਜ ਤੋਂ ਛੋਟੇ ਤੇ ਇੰਨੇ ਵੱਡੇ ਆਰਟਿਸਟ ਦਾ ਇੰਟਰਵਿਊ ਲੈ ਰਹੀ ਹਾਂ ਅਤੇ ਮੇਰੇ ਵੱਲੋਂ ਤੁਹਾਨੂੰ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਸੋ ਮਚ ਜੀ ਅਤੇ ਮੈਨੂੰ ਨਹੀਂ ਕੋਈ ਦੇਣਾ ਹਰੀ ਮੈਨੂੰ ਆ ਲੈ ਜੀ ਹਾਏ ਦਿਲ ਕੱਲ੍ਹ ਮੈਨੂੰ ਬਹੁਤ ਬੁਰਾ ਮਿਲਿਆ ਸੀ ਚਲੋ ਪਰ ਅੱਜ ਇਹਨਾਂ ਨੇ ਮੈਨੂੰ ਦਿਲ ਦਿੱਤਾ ਕੋਈ ਨਾ ਮੈਂ ਤੁਹਾਡਾ ਨਾ ਦਿਲ ਸਾਂਭ ਕੇ ਰੱਖੂੰਗੀ ਠੀਕ ਹੈ ਥੈਂਕ ਯੂ ਸੋ ਮਚ ਹੈ ਨਾ ਜੀ ਅਤੇ ਹੁਣ ਆਪਣਾ ਇੱਕ ਬਹੁਤ ਸਪੈਸ਼ਲ ਜਿਹਾ ਹੁਣ ਤੁਹਾਡਾ ਮਤਲਬ ਕਿ ਚੰਗਾ ਟੈਸਟ ਹੋਣ ਲੱਗਿਆ ਨਾ ਵੈਸੇ ਅਤੇ ਹੁਣ ਆਪਾਂ ਅਗਲਾ ਰਾਊਂਡ ਆ ਸਾਡਾ ਵਨ ਵਰਡ ਮੈਂ ਤੁਹਾਨੂੰ ਇੱਕ ਵਨ ਵਰਡ ਦਊਂਗੀ ਤੁਸੀਂ ਉਸ ਵਰਡ 'ਤੇ ਗਾਣਾ ਗਾਣਾ ਆਪਣਾ ਜਾਂ ਕੋਈ ਹੋਰ ਜਿਹੜਾ ਤੁਹਾਡੇ ਮਾਇੰਡ 'ਚ ਆਉਂਦਾ ਉਹ ਗਾਣਾ ਗਾਣਾ ਠੀਕ ਹੈ ਜੀ ਹੋ ਜਾਓ ਸ਼ੁਰੂ ਤਿਆਰ ਹੋ ਪੱਕਾ ਠੀਕ ਹੈ ਜੀ ਮਿਰਜ਼ਾ ਜੱਟ ਚੜਦੇ ਮਿਰਜ਼ੇ ਖਾਣ ਨੂੰ ਹਾ ਵੱਡੀ ਭਾਬੀ ਲੈਂਦੀ ਥੰਮ ਵੇ ਮੈਂ ਕਦੇ ਨਾ ਦਿਓਰ ਵੰਗਾਰਿਆ ਹਾ ਵੰਗਾਰਿਆ ਹਾ ਜੱਟਾ ਕਦੇ ਨਾ ਆਇਓ ਕੰਮ ਵੇ ਹਾ ਏ ਹਾਏ ਹੋ ਵਾਹ ਜੀ ਮੇਰਾ ਫੇਵਰੇਟ ਸੌਂਗ ਫੇਵਰੇਟ ਸੌਂਗ ਹੈ ਤੁਹਾਡਾ ਨਾਲ ਦੀ ਲੇਪ ਸ਼ੁਰੂ ਕਰ ਟਰਾਲਾ ਟਰਾਲਾ ਉਹ ਜੀ ਟੀ ਰੋਡ ਤੇ ਬੋਲੀਆਂ ਪਾਵੇ ਨੀ ਠਾਰਾ ਟਰਾ ਤੇਰੇ ਯਾਰ ਦਾ ਜੀ ਟੀ ਰੋਡ ਤੇ ਛੂਕਦਾ ਜਾਵੇ ਟਰਾਲਾ ਹੁਣ ਤੇਰੇ ਯਾਰ ਦਾ ਚੰਗੇ ਦਿਨ ਹੋਏ ਐਵੇਂ ਲੋਕੀ ਰਹਿੰਦੇ ਚੰਗੇ ਦਿਨ ਡੀਕਦੇ ਦਿਨ ਚੰਗੇ ਆਉਂਦੇ ਨੀ ਲਿਆਉਣੇ ਪੈਂਦੇ ਨੇ
छोटे तो होर वड्डे 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 हुंदे जाओ असीं हजे बहुत वड्डे सी गुरु बस एज छोटी आ पर इन्नी जी उम्र दे विच वी इन्नी अचीवमेंट होनी ना बहुत वड्डी गल हुंदी है बहुत ज्यादा वड्डी गल हुंदी है सच्ची दसां मैं 10th क्लास सच्ची नहीं सोचा सी मैं की करना है मैं सच्ची हैरान होगी जो मैं थोड़े बारे सर्च किया जी सीरीयसली मतलब कि बहुत वधिया गल है ते अपना सेकंड वन वर्ड है हीर दी गली अच्छा हीर दी गली ओके बहुत सोहनी है मैं थोड़े मुंह पहला भी सुनी है सो मैं जन्म दे दे मापे होर करम ना दे लेने लेख लिख दे रांझे पंछी दे अवले कर चौकटिया रांझा हो रांझे दे भाइयने कर चौकटिया रांझा हो रांझे दे भाइयने कटिया रांझा हो रांझे दे भाइयने चार चारे जटने हो चादर दे पल्ले चार चारे जटने हो चादर दे पल्ले सुन जट्टिए सुन जट्टिए सुन जट्टिए नी हीर दी पलटिए ओ पानी पीण दी गऊ नू ना डकिए किसे दी आई कौन मरदा किसे दी आई कौन मरदा पिले अपनी कुली नू अगर आली है जट पटता बई तख्त हजार दा हो वाइब्रेशन शुरू हो गई है मैंने सुन के थोड़ी आवाज़ जी सच्ची बहुत सोहनी है मैं कल रिसर्च मतलब कि थोड़े इंटरव्यूज देख रही थोड़ी लाइव देख रही थी बट सच्ची हम जो लाइव सुनते हैं ना अंतरा कहते हैं ना ठंड पै जाती है मतलब कि इन्नी वधिया आवाज़ है थोड़ी मैं सीरियसली बहुत लकी समझूंगी अपने आप कि मेरे तो एक कितने छोटी उम्र दिस लाइक बहुत वधिया लगे ना थानू सुन के एक लास्ट वन वर्ड फिर थोड़े यार यार हो आरी 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 तकड़न यार जट दे हो तकड़न यार जट दे कैम जिन्ना दे सिरां ते सरदारी हो सुन लो यारा ली किड्डा घैंट यारा देखो लाइफ थोड़े लिए गाना है ना तो मतलब कि थोड़ा यार फिर किदम दी बंदी है पूरी है चल चल पूरा पूरा हाँ जी नाइस चलो वधिया जी बहुत वधिया सीरियसली प्री थोड़ी अजीत आवाज़ है ना तो हूँ आप T3 है ना तुम मैंने उन्हें वधिया वधिया गाने सुनाए है ना तो हूँ मतलब कि मैं भी ना थोड़े वास्ते T3 स्पेशल अपना हूँ ना है ना तो इन्ने वधिया वधिया तुम गाने सुनाए मैं थोड़े वास्ते ना कुछ लिखा है ना सुनोगे तुम हाँ जी हाँ जी जरूर जी जी वधिया लग्या मैनू दसना ठीक है ना थोड़े इन वर्गी इन्नी वधिया आवाज़ तो है नहीं मेरी पर तुम मतलब कि इन्ना वधिया गाँवते हो इन वधिया वधिया थोड़ी हॉबीज़ है ना तो मैं थोड़े वास्ते लिखा हूँ मैं थोड़ा सुनाऊनी हूँ ठीक है जी जद गावे चा चढ़ जे संधा नू ते जान आ जे कंधा नू बहुत वधिया तरीके नाल मैं थोड़ा अपना अजीत सिंह इदां अपना अजीत सिंह सारे देख रहे हो जी T3 सो सारे ने जरूर शेयर करो इस चैनल नु थैंक यू सो मच धन्यवाद ते फिर बढ़िया एक्सपीरियंस किदा रहा T3 नाल गल्ला मत करके बहुत वधिया जी बहुत वधिया मजा आ गया सो आई होप ते अपने फैंस ली की कहना चाहोगे अपने फैंस ली थैंक यू जेडे थानू इना देख रहे हो सारे सो इना तुसी प्यार दे रहे हो नवे नवे गीत बहुत चलदे आ रहे ने जी सो इतरे प्यार दंदे रहे हो सो अपना इतने प्यार बख्शते रहे सारे जने मैनू स्नैपचैट ते इंस्टाग्राम स्नैपचैट आईडी मेरी सुन लो जी अजीत सिंह लाइव
ਸੋ ਮੇਰਾ ਇੰਸਟਾਗ੍ਰਾਮ ਜ਼ਰੂਰ ਇਹਨਾਂ ਨੂੰ ਫੋਲੋ ਕਰੋ ਜੀ ਸਿੰਘ ਹਾਂ ਤੁਹਾਨੂੰ ਬਹੁਤ ਵਧੀਆ ਵਧੀਆ ਸਟੋਰੀਜ਼ ਬਹੁਤ ਵਧੀਆ ਵਧੀਆ ਪੋਸਟ ਦੇਖਣ ਨੂੰ ਮਿਲਣਗੀਆਂ ਅਜੀਤ ਸਿੰਘ ਹੋਰਾਂ ਦੀਆਂ ਸੋ ਇਹਨਾਂ ਨੂੰ ਇੰਸਟਾਗ੍ਰਾਮ ਫੇਸਬੁੱਕ ਹੋਰ ਦੱਸੋ ਕਿੱਥੇ ਕਿੱਥੇ ਸਨੈਪਚੈਟ ਤੇ ਜੀ ਮੇਰੀ ਅਜੀਤ ਸਿੰਘ ਲਾਈਵ ਤੇ ਇੰਸਟਾਗ੍ਰਾਮ ਤੇ ਜੀ ਮੇਰੀ ਅਜੀਤ ਸਿੰਘ ਅਫੀਸ਼ੀਅਲ ਅੰਡਰਸਕੋਰ ਸੋ ਮੇਰੀ ਫੇਸਬੁੱਕ ਤੇ ਹੈ ਜੀ ਅਜੀਤ ਸਿੰਘ ਸਾਰੀ ਜਾਣਕਾਰੀ ਨਾ ਤੁਹਾਨੂੰ ਇਹਨੇ ਇੱਥੇ ਦਿੱਤੀ ਆ ਸੋ ਤੁਹਾਨੂੰ ਕਿਤੇ ਹੋਰ ਲੱਭਣ ਦੀ ਲੋੜ ਨਹੀਂ ਪੈਣੀ T3 ਤੇ ਐਕਸਕਲੂਸਿਵ ਇਹਨਾਂ ਦੇ ਜਿੰਨੇ ਵੀ ਕੰਟੈਕਟਸ ਹੈਗੇ ਨੇ ਸਾਰੇ ਤੁਹਾਨੂੰ ਇੱਥੇ ਦੱਸ ਦੇਣਗੇ ਬਸ ਅਸਾ ਫਿਲਮਾਂ ਦੇ ਰਿਲੇਟਡ ਕੋਈ ਗੱਲਬਾਤ ਚੱਲ ਰਹੀ ਆ ਹਾਂ ਹਜੇ ਤੇ ਨਹੀਂ ਜੋ ਬਾਬਾ ਸੋਕਰ ਰੱਖੇ ਸੋ ਪਲੀਜ਼ ਪਾਪਾ ਇਤਨੇ ਤੇ ਅਜੀਤ ਤੁਸੀਂ ਨਾ ਜਿੱਦਾਂ ਲਾਈਵ ਪਰਫਾਰਮੈਂਸ ਕਰਦੇ ਹੋ ਤੇ ਮਤਲਬ ਕਿ ਕਿੰਨਾ ਕੁ ਉਹਦੇ ਵਿੱਚ ਉਹ ਹੁੰਦਾ ਯਾਰ ਕਿੰਨੀ ਕੁ ਮਿਹਨਤ ਹੁੰਦੀ ਆ ਮਤਲਬ ਕਿ ਲਾਈਵ ਗਾਣਾ ਵੀ ਬਹੁਤ ਔਖਾ ਹੁੰਦਾ ਨਾ ਹਾਂਜੀ ਹਾਂਜੀ ਤੇ ਮਤਲਬ ਕਿ ਕਿੰਨੇ ਕੁਛ ਉਹ ਲਾਉਂਦੇ ਹੋ ਕਿੱਦਾਂ ਕਿੱਥੇ ਜਾਂਦੇ ਹੋ ਕਿੱਦਾਂ ਰਹਿੰਦਾ ਵਾ ਸਾਰਾ ਹਜੇ ਤਾਂ ਵਧੀਆ ਜੀ ਬਾਬੇ ਦੀ ਮਿਹਰ ਹੈ ਜੀ ਸੋ ਇਹਨਾਂ ਦੇ ਸ਼ੋਅ ਵੀ ਲੱਗ ਰਹੇ ਨੇ ਬਾਬੇ ਦੀ ਮਿਹਰ ਨਾਲ ਵੈਸੇ ਥੈਂਕ ਯੂ ਸੋ ਮਚ ਅਜੀਤ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਤੇ ਤੁਹਾਡੇ ਫੈਨਸ ਵੀ ਬਹੁਤ ਖੁਸ਼ ਹੋਣਗੇ ਨਾ ਤੁਹਾਡਾ ਇਹ ਦੇਖ ਕੇ ਤੇ ਬਾਕੀ ਆਪਣੇ ਚਾਹੁਣ ਵਾਲਿਆਂ ਲਈ ਨਾ ਚਾਹੁਣ ਵਾਲਿਆਂ ਲਈ ਤੁਸੀਂ ਜੋ ਕਹਿਣਾ ਨਾ ਖੁੱਲਾ ਕਹਿ ਸਕਦੇ ਹੋ ਨਹੀਂ ਨਹੀਂ ਜੀ ਚਾਹੁਣ ਵਾਲਿਆਂ ਨੂੰ ਕਹਾਂਗੇ ਜੀ ਨਾ ਚਾਹੁਣ ਵਾਲੇ ਚਲੋ ਹਾਏ ਮੈਂ ਵੇਖੇ ਨਹੀਂ ਹੈ ਨਾ ਚਾਹੁਣ ਵਾਲੇ ਚਲੋ ਜਿਹੜੇ ਚਾਹੁਣ ਵਾਲੇ ਨੇ ਥੈਂਕ ਯੂ ਸੋ ਮਚ ਤੁਹਾਡੇ ਸਾਰਿਆਂ ਦਾ ਇੰਨਾ ਤੁਸੀਂ ਪਿਆਰ ਦੇ ਰਹੇ ਹੋ ਸੋ ਜਿੰਨੇ ਵੀ ਗੀਤ ਆਏ ਪੁਰਾਣੇ ਗੀਤ ਆਏ ਹੁਣ ਨਵੇਂ ਗੀਤ ਆ ਰਹੇ ਨੇ ਸਾਰੇ ਇੱਦਾਂ ਹੀ ਪਿਆਰ ਦਿੰਦੇ ਰਹਿਣਾ ਇੱਦਾਂ ਹੀ ਸਪੋਰਟ ਕਰਦੇ ਰਹਿਣਾ ਧੰਨਵਾਦ ਥੈਂਕ ਯੂ ਸੋ ਮਚ ਜੀ ਅਤੇ ਇਹ ਸੀ ਸਾਡੇ ਨਾਲ ਅਜੀਤ ਅਤੇ ਤੁਸੀਂ ਇੱਦਾਂ ਹੀ ਸਾਡੇ ਨਾਲ ਜੁੜੇ ਰਹੋ ਅਸੀਂ ਨਵੇਂ ਨਵੇਂ ਕਲਾਕਾਰ ਤੁਹਾਡੇ ਰੂਬਰੂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤਦ ਤੱਕ ਲਈ ਦੇਖਦੇ ਰਹੋ ਟੇਪ ਦਾ ਟੋਕ ਸਟੇ ਟਿਊਨਡ